ਸਤਿ ਸ਼੍ਰੀ ਅਕਾਲ ਜੀ, ਮੈਂ ਨਛੱਤਰ ਕੌਰ, ਮੈਂ ਸਟਾਫ ਨਰਸ ਹਾਂ। ਮੈਂ ਲੁਧਿਆਣੇ ਵਿੱਚ OT ਵਿੱਚ ਕਾਫੀ ਡਾਕਟਰਾਂ ਨਾਲ ਕੰਮ ਕਰਾਇਆ। ਮੈਂ ਆਪਰੇਸ਼ਨ ਕਰਵਾਏ ਵੀ ਔਰ ਆਪਰੇਸ਼ਨ ਦੇਖੇ ਵੀ। ਮੇਰੇ ਆਪਦੇ ਵੀ 2 ਸਜੇਰੀਅਨ ਹੋ ਚੁੱਕੇ ਹਨ, ਪਰ ਹੁਣ ਮੈਨੂੰ ਥੋੜ੍ਹੀ ਜਿਹੀ ਪ੍ਰੋਬਲਮ ਆ ਗਈ ਸੀ ਬੱਚੇਦਾਨੀ ਦੇ ਵਿੱਚ। ਡਾਕਟਰ ਅੱਜ ਵੀ ਮੈਨੂੰ ਲੁਧਿਆਣੇ ਦੇ ਇਹੀ ਕਹਿੰਦੇ ਸੀ ਵੀ ਤੇਰੀ ਓਪਨ ਸਰਜਰੀ ਕਰਾਂਗੇ। ਅਸੀਂ ਲੁਧਿਆਣੇ ਜਾ ਕੇ ਦਿਖਾਇਆ, ਬਠਿੰਡੇ ਡਾਕਟਰ ਦੇ ਦਿਖਾਇਆ, ਫਰੀਦਕੋਟ ਗਏ ਡਾਕਟਰ ਸਾਹਿਬ ਤੋਂ ਸਲਾਹ ਲਈ ਵੀ ਡਾਕਟਰ ਸਾਹਿਬ ਜੀ ਅਸੀਂ ਵੀ ਓਪਨ ਸਰਜਰੀ ਨਹੀਂ ਕਰਾਉਣੀ, ਦੂਰਬੀਨਾ ਕਰਾਉਣੀ ਆ। ਪਰ ਇੱਕ ਵੀ ਡਾਕਟਰ ਨੇ ਸਾਨੂੰ ਇਹ ਨਹੀਂ ਕਿਹਾ ਵੀ ਅਸੀਂ ਤੁਹਾਡੀ ਦੂਰਬੀਨਾ ਸਰਜਰੀ ਕਰਦੇ ਹਾਂ। ਫਿਰ ਅਸੀਂ ਘਬਰਾ ਗਏ। ਇਸ ਤੋਂ ਬਾਅਦ ਮੇਰੀ ਫਰੈਂਡ ਪਰਮਿੰਦਰ ਮੈਨੂੰ ਮਿਲੀ, ਉਹ ਸ਼ਾਮ ਟਾਈਮ ਸਾਨੂੰ ਡਾਕਟਰ ਅਮਿਤ ਸੂਦ ਕੋਲ ਲੈ ਕੇ ਆਏ। ਜਦੋਂ ਅਸੀਂ ਡਾਕਟਰ ਅਮਿਤ ਸੂਦ ਕੋਲ ਆਏ, ਮੈਂ ਉਹਨਾਂ ਨੂੰ ਦੱਸਿਆ, ਮੈਂ ਕਿਹਾ ਡਾਕਟਰ ਸਾਹਿਬ ਜੀ ਮੈਂ ਸਟਾਫ ਹਾਂ ਪਰ ਮੈਂ ਓਪਨ ਸਰਜਰੀ ਤੋਂ ਘਬਰਾਉਂਦੀ ਹਾਂ, ਮੈਂ ਦੂਰਬੀਨ ਰਾਹੀਂ ਸਰਜਰੀ ਕਰਵਾਉਣੀ ਆ। ਡਾਕਟਰ ਸਾਹਿਬ ਨੇ ਇੱਕ ਮਿੰਟ ਵਿੱਚ ਕਹਿਤਾ ਵੀ ਮੈਂ ਤਾਂ ਕਦੇ ਓਪਨ ਸਰਜਰੀ ਕੀਤੀ ਨਹੀਂ, ਮੈਂ ਤਾਂ ਦੂਰਬੀਨ ਰਾਹੀਂ ਹੀ ਸਰਜਰੀ ਕਰੂੰਗਾ। ਦੂਜੀ ਗੱਲ ਆ, ਡਾਕਟਰ ਸਾਹਿਬ ਦਾ ਸੁਭਾਅ ਇੰਨਾ ਚੰਗਾ ਸੀ ਕਿ ਇੱਕ ਮਿੰਟ ਵਿੱਚ ਹੀ ਮੈਂ ਵੀ ਪੂਰੀ ਖੁਸ਼ੀ ਦੇ ਵਿੱਚ ਕਿਹਾ ਡਾਕਟਰ ਸਾਹਿਬ ਤੁਸੀਂ ਮੇਰੀ ਸਰਜਰੀ ਦੂਸਰੇ ਦਿਨ ਹੀ ਕਰ ਦਿਓ। ਪਰ ਡਾਕਟਰ ਸਾਹਿਬ ਨੇ ਕਿਹਾ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਮੰਨ ਲਈਆਂ, ਪਰ ਸੁਬਹਾ ਤਾਂ ਮੈਂ ਹੋਰ ਸਰਜਰੀ ਕਰਨੀ ਆ, ਹੋਰ ਸਟਾਫ ਆ, ਮੈਂ ਤੁਹਾਡੀ ਸਰਜਰੀ ਪਰਸੋਂ ਨੂੰ ਕਰੂੰਗਾ। ਫਿਰ ਅਸੀਂ ਆ ਗਏ, ਡਾਕਟਰ ਸਾਹਿਬ ਨੇ ਮੇਰੀ ਸਰਜਰੀ ਕੀਤੀ। ਇੰਨੀ ਵਧੀਆ ਸਰਜਰੀ ਹੋਈ ਮੇਰੀ, ਮੈਨੂੰ ਕੋਈ ਪਤਾ ਨਹੀਂ ਲੱਗਿਆ, ਕੋਈ ਪ੍ਰੋਬਲਮ ਨਹੀਂ ਆਈ। 1:30 ਵਜੇ ਜਾ ਕੇ ਜਦੋਂ ਮੈਂ ਬੈੱਡ 'ਤੇ ਪਈ ਸੀ, ਮੈਨੂੰ ਉਸ ਟਾਈਮ ਪਤਾ ਲੱਗਿਆ ਜਦੋਂ ਮੈਂ ਆਪਣੇ ਹੱਥ ਲਗਾ ਕੇ ਦੇਖਿਆ ਕਿ ਮੇਰੀ ਤਾਂ ਸਰਜਰੀ ਹੋ ਚੁੱਕੀ। ਇੰਨੀ ਵਧੀਆ ਸਰਜਰੀ ਹੋਈ, ਦੂਸਰੇ ਦਿਨ ਸਾਨੂੰ ਡਾਕਟਰ ਸਾਹਿਬ ਨੇ ਛੁੱਟੀ ਦਿੱਤੀ, ਮੈਨੂੰ ਕੋਈ ਪ੍ਰੋਬਲਮ ਨਹੀਂ ਆਈ, ਮੈਂ ਚੱਲ ਫਿਰ ਸਕਦੀ ਸੀ, ਮੈਂ ਇੱਥੇ ਚਾਹ ਨਾਲ ਬਿਸਕੁਟ ਖਾਧੇ, ਜੂਸ ਪੀਤਾ, ਮੈਨੂੰ ਕੋਈ ਪ੍ਰੋਬਲਮ ਨਹੀਂ ਆਈ, ਕੋਈ ਦਿੱਕਤ ਨਹੀਂ। ਅੱਜ ਮੈਂ ਆਪਣੇ ਸਟਿਚ ਦਿਖਾਉਣ ਆਈ ਸੀ, ਵਧੀਆ ਚੱਲ ਫਿਰ ਕੇ ਆਈ ਹਾਂ, ਵਧੀਆ ਠੀਕ ਠਾਕ ਹਾਂ। ਮੇਰੀ ਉਹ ਭੈਣੋ, ਜੇ ਤੁਹਾਨੂੰ ਕੋਈ ਵੀ ਪ੍ਰੋਬਲਮ ਆ, ਕੋਈ ਲੁਧਿਆਣੇ ਨਹੀਂ ਵਾਲਾ, ਕੋਈ ਬਠਿੰਡਾ ਨਹੀਂ ਵਾਲਾ, ਕੋਈ ਚੰਡੀਗੜ੍ਹ ਨਹੀਂ ਵਾਲਾ, ਆਪਣੇ ਤਾਂ ਮੋਗੇ ਦੇ ਵਿੱਚ ਇੰਨੇ ਵਧੀਆ ਡਾਕਟਰ ਅਮਿਤ ਸੂਦ, ਇਹਦੇ ਵਰਗਾ ਮੈਂ ਡਾਕਟਰੀ ਲਾਈਨ 'ਚ ਸੀ ਪਰ ਮੈਂ ਇਹਨਾਂ ਵਰਗਾ ਡਾਕਟਰ ਨਹੀਂ ਦੇਖਿਆ। ਅਤੇ ਤੁਸੀਂ ਵੀ ਕਿਤੇ ਭੱਜਣ ਦੀ ਲੋੜ ਨਹੀਂ, ਮੋਗਾ ਵਿੱਚ ਹੀ ਆਪਣੇ ਏਰੀਏ ਦੇ ਵਿੱਚ ਇਸ ਡਾਕਟਰ ਸਾਹਿਬ ਤੋਂ ਇਲਾਜ ਕਰਵਾਓ। ਭੈਣੋ ਮੇਰੇ ਕੋਲ ਵੀ ਤੁਸੀਂ ਭੁੱਲ ਹੀ ਜਾਵੋਗਾ ਦੂਰ PGI ਚੰਡੀਗੜ੍ਹ ਜਾਣ ਤੱਕ, ਜਿਹਦੇ ਇਹ ਡਾਕਟਰ ਇਹੋ ਜਿਹਾ ਡਾਕਟਰ ਨਹੀਂ ਤੁਹਾਨੂੰ ਮਿਲਣਾ। ਇਹ 1 ਮਿੰਟ ਵਿੱਚ ਪੇਸ਼ੈਂਟ ਨੂੰ ਖੜ੍ਹਾ ਕਰ ਦਿੰਦੇ, ਅੱਧਾ ਦੁੱਖ ਘੱਟ ਜਾਂਦਾ ਜਦੋਂ ਤੁਸੀਂ ਇਹਨਾਂ 'ਤੇ ਰੂਬਰੂ ਹੋਵੋਗੇ ਡਾਕਟਰ ਸਾਹਿਬ ਦੀ। ਮੈਂ ਇਸ ਤਰ੍ਹਾਂ ਹੀ ਹੋਇਆ ਸੀ, ਮੈਨੂੰ ਬਹੁਤ ਜ਼ਿਆਦਾ ਘਬਰਾਹਟ ਸੀ, ਜਦੋਂ ਮੈਂ ਡਾਕਟਰ ਸਾਹਿਬ ਨਾਲ ਵੇਖਿਆ, ਗੱਲਬਾਤ ਕੀਤੀ, 1 ਸਕਿੰਟ ਵਿੱਚ ਮੇਰੀ ਸਾਰੀ ਟੈਨਸ਼ਨ ਖਤਮ ਅਤੇ ਮੈਨੂੰ ਕੋਈ ਪ੍ਰੋਬਲਮ ਨਹੀਂ ਆਈ, ਮੈਂ ਇੰਨੀ ਵਧੀਆ ਅੱਜ ਠੀਕ ਹਾਂ। ਮੈਂ ਤੁਹਾਨੂੰ ਸਾਰੀਆਂ ਭੈਣਾਂ ਨੂੰ ਇਹੀ ਮੈਸੇਜ ਦਿੰਦੀ ਹਾਂ, ਭੈਣੋ ਮੇਰੀਓ, ਜੇ ਤੁਹਾਨੂੰ ਕੋਈ ਵੀ ਰਤੀ ਭਰ ਦੀ ਪ੍ਰੋਬਲਮ ਆ, ਕਿਤੇ ਨਾ ਭੱਜੋ, ਡਾਕਟਰ ਅਮਿਤ ਸੂਦ ਨੂੰ ਮਿਲੋ, ਇਹੋ ਜਿਹਾ ਡਾਕਟਰ ਤੁਹਾਨੂੰ ਕਿਤੇ ਵੀ ਨਹੀਂ ਮਿਲਣਾ, ਇੰਨੀ ਨੇਚਰ ਚੰਗੀ ਵਾਲਾ। ਅਤੇ ਦੂਜੀ ਗੱਲ ਆ, ਅਤੇ ਵੀ ਤੁਹਾਨੂੰ ਸਟਾਫ ਵੱਲੋਂ, ਕੋਈ ਹੋਸਪਿਟਲ ਦੀ ਹੋਰ ਸਹੂਲਤ ਵੱਲੋਂ ਕੋਈ ਤੁਹਾਨੂੰ ਪ੍ਰੋਬਲਮ ਨਹੀਂ ਆਉਣੀ, ਇੰਨਾ ਚੰਗਾ ਸਟਾਫ ਤੁਹਾਨੂੰ ਕਿਤੇ ਨਹੀਂ ਮਿਲਣਾ ਜਿੰਨੀ ਕੇਅਰ ਇਹ ਕਰਦੀ। ਬਹੁਤ ਵਧੀਆ ਮੇਰੀ ਕੇਅਰ ਕੀਤੀ, ਮੈਨੂੰ ਕੋਈ ਪ੍ਰੋਬਲਮ ਨਹੀਂ ਆਉਣ ਦਿੱਤੀ। ਡਾਕਟਰ ਸਾਹਿਬ ਇੰਨੇ ਹਸਮੁੱਖ, ਇਹਨਾਂ ਦਾ ਸੁਭਾਅ ਜੋ ਮੈਨੂੰ ਕਿਹਾ ਸੀ ਭੈਣ ਮੇਰੇ ਵੀ ਇੱਦੂ ਵੀ ਵੱਧ ਇਹਨਾਂ ਨੇ ਕੀਤਾ, ਅਤੇ ਮੈਨੂੰ ਲੱਗਦਾ ਹੀ ਨਹੀਂ ਮੇਰੀ ਸਰਜਰੀ ਹੋਈ ਆ। ਮੈਂ ਨੌ ਪਰਨਾਉਣਾ, ਮੈਂ ਤੁਹਾਨੂੰ ਵੀ ਮੈਸੇਜ ਦਿੰਦੀ ਹਾਂ ਵੀ ਅਮਿਤ ਸੂਦ ਵਰਗਾ ਡਾਕਟਰ ਤੁਹਾਨੂੰ ਦਿੱਲੀ ਦੱਖਣ ਨਹੀਂ ਮਿਲਣਾ। ਭੈਣੋ ਮੇਰੀ ਉਹ ਆਪਦਾ ਏਰੀਆ ਛੱਡ ਕੇ ਕਿਤੇ ਦੂਰ ਨਾ ਭੱਜੋ ਵੀ ਅਸੀਂ ਚੰਡੀਗੜ੍ਹ ਜਾਣਾ ਖਣੀ ਉੱਥੇ ਵੱਡੇ ਡਾਕਟਰ ਹੋਣਗੇ, ਅਸੀਂ ਲੁਧਿਆਣੇ ਜਾਣਾ ਉੱਥੇ ਵੱਡੇ ਡਾਕਟਰ ਹੋਣਗੇ। ਪਰ ਨਹੀਂ ਭੈਣੋ, ਮੇਰੀ ਉਹ ਡਾਕਟਰ ਨਾਲ ਵਿਚਰ ਕੇ ਪਤਾ ਲੱਗਦਾ ਵੀ ਡਾਕਟਰ ਕਿਹੜਾ ਚੰਗਾ ਅਤੇ ਕਿਸ ਤਰ੍ਹਾਂ ਦਾ, ਕਿਉਂਕਿ ਮੈਂ ਡਾਕਟਰਾਂ ਨਾਲ ਬਹੁਤ ਜ਼ਿਆਦਾ ਕੰਮ ਕਰਾਇਆ। ਮੈਂ ਵਿਚਰੀ 10-12 ਸਾਲ ਡਾਕਟਰਾਂ ਨਾਲ, ਬਾਹਰ ਡਾਕਟਰਾਂ ਨਾਲ ਜਦੋਂ ਪੈਂਦਾ ਨਾ ਆਪਾਂ ਨੂੰ ਉਦੋਂ ਪਤਾ ਲੱਗਦਾ ਨੇਚਰ ਦੇ ਤੌਰ 'ਤੇ ਡਾਕਟਰ ਚੰਗਾ ਹੋਵੇ, ਅੱਧਾ ਦੁੱਖ ਘੱਟ ਜਾਂਦਾ। ਭੈਣੋ ਮੇਰੀਓ, ਕਦੇ ਭੁੱਲ ਕੇ ਦੂਰ ਨਾ ਭੱਜਿਓ ਵੀ ਡਾਕਟਰ ਉੱਥੇ ਚੰਗਾ। ਅਮਿਤ ਸੂਦ ਵਰਗਾ ਡਾਕਟਰ ਨਹੀਂ ਆਪਾਂ ਨੂੰ ਮਿਲਣਾ ਜੋ ਮੋਗੇ 'ਚ ਆ। ਬਹੁਤ ਵਧੀਆ, ਮੈਂ ਬਹੁਤ ਇਹਨਾਂ ਦਾ ਧੰਨਵਾਦ ਕਰਦੀ ਹਾਂ, ਸਟਾਫ ਦਾ ਵੀ ਬਹੁਤ ਧੰਨਵਾਦ ਕਰਦੀ ਹਾਂ। ਅਤੇ ਮੈਨੂੰ ਲੱਗਦਾ ਹੀ ਨਹੀਂ ਭੈਣੋ ਮੇਰੀ ਉਹ ਸਰਜਰੀ ਹੋਈ ਆ, ਬਹੁਤ ਵਧੀਆ, ਮੈਂ ਵਧੀਆ ਠੀਕ ਠਾਕ ਤੁਰੀ ਫਿਰਦੀ ਹਾਂ। ਅਤੇ ਤੁਸੀਂ ਵੀ ਭੈਣੋ ਮੇਰੀ ਉਹ ਦੂਰ ਨਾ ਭੱਜਿਓ, ਅਤੇ ਜ਼ਰੂਰ ਜੇ ਕੋਈ ਪ੍ਰੋਬਲਮ ਆ ਤੁਹਾਨੂੰ ਬੱਚੇਦਾਨੀ ਦੀ ਜਾਂ ਕੋਈ ਹੋਰ ਵੀ ਕੋਈ ਵੀ ਪ੍ਰੋਬਲਮ ਆ ਸਰਜਰੀ ਦੀ, ਇੰਨਾ ਵਧੀਆ ਸਰਜਨ ਤੁਹਾਨੂੰ ਕਿਤੇ ਨਹੀਂ ਮਿਲਣਾ ਜਿਹੋ ਜਿਹਾ ਆਪਣੇ ਮੋਗਾ ਵਿੱਚ। ਥੈਂਕ ਯੂ।